ਮਨਜੀਤ ਸਿੰਘ ਬੋਪਰਾ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਹੈ ਦਾ ਅਗਲਾ ਕਾંડ ਹੈ ਕਿਸਮਤ ਦੱਸਣ ਵਾਲਿਆਂ ਕੋਲ ਕੌਣ ਕਦੋਂ ਤੇ ਕਿਉਂ ਜਾਂਦਾ ਹੈ ਬੀਤੇ ਦੀਆਂ ਮਿੱਠੀਆਂ ਤੇ ਕੌੜੀਆਂ ਯਾਦਾਂ ਵਾਲੇ ਕਮਜ਼ੋਰ ਇੱਛਾ ਸ਼ਕਤੀ ਵਾਲੇ ਵਿਅਕਤੀ ਤੇ ਵਰਤਮਾਨ ਸਮਿਆਂ ਚ ਤੰਗੀਆਂ ਭਰਿਆ ਜੀਵਨ ਬਤੀਤ ਕਰ ਰਹੇ ਚੰਗੇ ਭਵਿੱਖ ਦੀ ਆਸ ਲੈ ਕੇ ਕਿਸਮਤ ਦੱਸਣ ਵਾਲਿਆਂ ਕੋਲ ਜਾਂਦੇ ਹਨ ਉਹ ਕਿਸੇ ਨੂੰ ਉਹਨਾਂ ਦੀਆਂ ਇੱਛਾਵਾਂ ਦੇ ਪੂਰੇ ਹੋ ਜਾਣ ਬਾਰੇ ਦਿਲ ਟਿਕਾਉ ਤੇ ਧੀਰਜ ਬਣਾਉਣ ਵਾਲੇ ਸ਼ਬਦ ਬੋਲਦੇ ਸੁਣਨਾ ਚਾਹੁੰਦੇ ਹਨ ਕਈ ਵਿਅਕਤੀ ਐਵੇਂ ਮਨ ਪਰਚਾਵੇ ਵਾਸਤੇ ਕਿਸਮਤ ਦੱਸਣ ਵਾਲਿਆਂ ਕੋਲ ਚਲੇ ਜਾਂਦੇ ਹਨ ਉਹਨਾਂ ਦੀ ਕਿਸੇ ਵੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਬਹੁਤੇ ਲੋਕ ਉਹਨਾਂ ਕੋਲੋਂ ਆਪਣੀ ਕਿਸਮਤ ਬਾਰੇ ਪੁੱਛਣ ਲਈ ਜ਼ਰੂਰੀ ਗੰਭੀਰਤਾ ਤੇ ਸੰਜੀਦਗੀ ਨਾਲ ਜਾਂਦੇ ਹਨ ਅਜੇ ਵਿਅਕਤੀਆਂ ਦਾ ਪੂਰਵ ਲਿਖਤ ਕਿਸਮਤਾਂ ਤੇ ਭਲੇ-bure ਕਰਮਾਂ ਦੇ ਫਲ ਚੰਨਾ ਵਿਸ਼ਵਾਸ ਹੁੰਦਾ ਹੈ ਜਾਦੂਮਈ ਚਿੰਨ ਰਹਸਮਈ ਦੇਵੇ ਮੁਸ਼ਕਲ ਨਾਲ ਸਮਝ ਆਉਣ ਵਾਲੀਆਂ ਗਿਣਤੀਆਂ ਮਿੰਟੀਆਂ ਵਸੋਂ ਬਾਹਰ ਲੀਆਂ ਜੋਤਿਸ਼ ਦੀਆਂ ਰੀਤਾਂ ਤੇ ਛਲਾਵਾ ਭਰਪੂਰ ਹੱਥ ਰੇਖਾ ਵਿੱਦਿਆ ਦੀਆਂ ਦਲੀਲਾਂ ਬਹੁਤ ਸਾਰੇ ਸਧਾਰਨ ਵਿਅਕਤੀਆਂ ਨੂੰ ਤੇ ਬਹੁਤੇ ਵਾਰੀ ਚੰਗੀ ਬੁੱਧੀ ਵਾਲੇ ਵਿਦਵਾਨਾਂ ਨੂੰ ਵੀ ਪਰਮਾ ਲੈਂਦੇ ਹਨ। ਰੇਡੀਓ ਟੀਵੀ ਅਖਬਾਰਾਂ ਤੇ ਰਸਾਲਿਆਂ 'ਚ ਆਪਣੇ ਮੂੰਹ ਮੀਆਂ ਮਿੱਠੂ ਵਾਲੀਆਂ ਗੱਲਾਂ ਕਿਸਮਤ ਦੱਸਣ ਦੇ ਢੰਗ ਤਰੀਕਿਆਂ ਬਾਰੇ ਭੋਲੇ ਭਾਲੇ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਪੈਦਾ ਕਰ ਦਿੰਦੀਆਂ। ਕਿ ਇਸ 'ਚ ਜ਼ਰੂਰੀ ਕੋਈ ਤੱਤ ਹੈ। ਇਹ ਸਚਾਈ ਕਿ ਪ੍ਰਧਾਨ ਮੰਤਰੀ ਐਕਟਰ ਸੰਗੀਤਕਾਰ ਵਿਦਵਾਨ ਬੁੱਧੀਜੀਵੀ ਤੇ ਗੈਰ ਵਿਗਿਆਨਕ ਵਿਗਿਆਨੀ ਅਜਈਆਂ ਗੱਲਾਂ 'ਚ ਵਿਸ਼ਵਾਸ ਕਰਦੇ ਹਨ ਇਹ ਗੱਲ ਘਟ ਜਾ ਵੱਧ ਪੜੇ ਲਿਖੇ ਵਿਅਕਤੀਆਂ ਦੇ ਵਿਸ਼ਵਾਸ ਨੂੰ ਪ੍ਰਭਾਵਿਤ ਕਰਦੀ ਹੈ ਕਈ ਹੋਰ ਇਸ ਕਰਕੇ ਅਜਈਆਂ ਗੱਲਾਂ 'ਚ ਵਿਸ਼ਵਾਸ ਕਰਦੇ ਹੈ ਕਿ ਉਹਨਾਂ ਦੇ ਦੋਸਤ ਜਾਂ ਸਹਿਯੋਗੀ ਕਿਸਮਤ ਦੱਸਣ ਵਾਲਿਆਂ ਕੋਲ ਜਾਂਦੇ ਹੈ ਉਹ ਕਦੋਂ ਜਾਂਦੇ ਹੈ ਜਦੋਂ ਜੀ ਚਾਹੀ ਲੋਕੀ ਕਿਸਮਤ ਦੱਸਣ ਵਾਲਿਆਂ ਕੋਲ ਚਲੇ ਜਾਂਦੇ ਮੇਰੀ ਖੋਜ ਇਹ ਦਰਸਾਉਂਦੀ ਹੈ ਕਿ ਉਹਨਾਂ ਕੋਲ ਚਲੇ ਜਾਣ ਦੇ ਵੀ ਖਾਸ ਸਮੇਂ ਹੁੰਦੇ ਐ ਦੋ ਜਾਂ ਤਿੰਨ ਵਾਰੀ ਕਾਰੋਬਾਰ 'ਚ ਘਾਟਾ ਪੈ ਗਿਆ ਬੇਰੋਜ਼ਗਾਰੀ ਗਰੀਬੀ ਜਾਂ ਪਿਆਰ ਸਬੰਧਾਂ 'ਚ ਗੜਬੜ ਅਲਾਦਾਨਾ ਹੋਣਾ ਲੰਬੀ ਬਿਮਾਰੀ ਦਫਤਰੀ ਜਾਂ ਰਾਜਨੀਤਿਕ ਤਰੱਕੀ ਨਾ ਹੋਣਾ ਤੇ ਘਰੇਲੂ ਝਗੜੇ ਆਜ ਅਜੇ ਮੁੱਖ ਸੌਮੇ ਹਨ ਜਦੋਂ ਲੋਕੀ ਕਿਸਮਤ ਦੱਸਣ ਵਾਲਿਆਂ ਕੋਲ ਚਲੇ ਜਾਂਦੇ ਕਈ ਵਾਰੀ ਖਿੱਚ ਪਾਉਂਦੀਆਂ ਖਬਰਾਂ ਦਾ ਵਿਗਿਆਪਨ ਵੀ ਵੱਡੀ ਗਿਣਤੀ 'ਚ ਲੋਕਾਂ ਨੂੰ ਕਿਸਮਤ ਦੱਸਣ ਵਾਲਿਆਂ ਵੱਲ ਖਿੱਚ ਲੈਂਦੇ ਆ ਜਿਵੇਂ ਕਿ ਅੰਤਰਰਾਸ਼ਟਰੀ ਮਸ਼ਹੂਰੀ ਵਾਲਾ ਬਹੁਤ ਹੀ ਦਰੁਸਤ ਕਿਸਮਤ ਬਾਰੇ ਦੱਸਣ ਵਾਲਾ ਤੁਹਾਡੇ ਇਲਾਕੇ 'ਚ ਜਾਂ ਸ਼ਹਿਰ 'ਚ ਜਨਤਕ ਤੌਰ ਤੇ ਕਸ਼ਟ ਦੂਰ ਕਰਨ ਲਈ ਸਿਰਫ 2 ਦਿਨ ਲਈ ਪੁੱਜ ਰਿਹਾ ਹੈ ਲਾਭ ਉਠਾਓ ਇਸ ਤਰ੍ਹਾਂ ਹੀ ਰੇ ਚਾਰਡਵਿਨ ਨੇ ਆਪਣੇ ਲਿਸਮੋਰ ਦੇ ਦੌਰੇ ਸਮੇਂ ਕੀਤਾ ਸੀ ਉਹਨਾਂ ਕੋਲ ਜਾਂਦਾ ਕੌਣ ਹੈ ਜੇ ਸਪਸ਼ਟ ਤੇ ਸਿੱਧੇ ਸਾਦੇ ਸ਼ਬਦਾਂ ਚ ਆਖੀਏ ਕੱਕੇਸਮ ਦਸਨ ਵਾਲੇ ਫਰੇਬੀਆਂ ਕੋਲ ਸਿਰਫ ਲਾਈ ਲੱਗ ਤੇ ਬੇਵਕੂਫ ਵਿਅਕਤੀ ਜਾਂਦੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਣ ਲਾਈ ਲੱਗ ਹੈ ਕੌਣ ਬੇਵਕੂਫ ਹੈ ਇੱਥੇ ਮੈਂ ਧੋਖੇਬਾਜ਼ਾਂ ਲਾਈ ਲੱਗਾ ਤੇ ਬੇਵਕੂਫਾਂ ਬਾਰੇ ਡਾਕਟਰ ਕੋਵੂਰ ਵੱਲੋਂ ਪੇਸ਼ ਕੀਤੀ ਗਈ ਬਹੁਤ ਹੀ ਸ਼ਾਨਦਾਰ ਤੇ ਨਿਰਨਾਇਕ ਵਿਆਖਿਆ ਦੌਰਾਨਾ ਚੋਣਾ ਉਹ ਮਨੁੱਖ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ ਧੋਖੇਬਾਜ਼ ਹੁੰਦਾ ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ ਹੈ ਤੇ ਜਿਹੜਾ ਬਗੈਰ ਪੜਤਾਲ ਕੀਤੇ ਵਿਸ਼ਵਾਸ ਕਰਦਾ ਮੂਰਖ ਹੁੰਦਾ ਹੈ ਹੁਣ ਕੋਈ ਪੁੱਛ ਸਕਦਾ ਹੈ ਕਿ ਉਹਦਾ ਸਬੰਧ ਉਪਰੋਕਤ ਵਿੱਚੋਂ ਕਿਸ ਨਾਲ ਜੁੜਦਾ ਹੈ ਭਾਵੇਂ ਮੈਂ ਇੱਕ ਵਿਗਿਆਨੀ ਤਾਂ ਨਹੀਂ ਹਾਂ ਪਰ ਮੇਰਾ ਤਰਕਸ਼ੀਲ ਮਨ ਮੈਨੂੰ ਕਿਸੇ ਵਿਸ਼ਵਾਸ ਨੂੰ ਅਨਿਸ਼ਰਦਾ ਨਾਲ ਕਬੂਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਿਸੇ ਗੱਲ ਵਿੱਚ ਪੁਲਾੜ ਯਾਤਰੀ ਐਡਗਰ ਮਾਈਕਲ ਡਾਕਟਰ ਜੇਬੀ ਰੀਨੇ ਹਿਟਲਰ ਨੈਪੋਲੀਅਨ ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਯੂਗਾਂਡਾ ਦਾ ਸਾਬਕਾ ਪ੍ਰਧਾਨ ਈਦੀ ਯਮीन ਜੱਪੋਪੋ ਵਿਸ਼ਵਾਸ ਕਰਦਾ ਹੈ ਇਹ ਗੱਲ ਮੈਨੂੰ ਬਿਲਕੁਲ ਹੀ ਪ੍ਰਭਾਵਿਤ ਨਹੀਂ ਕਰਦੀ ਮੈਂ ਭਾਵੇਂ ਬੈਟੀ ਮਿਡਲਰ ਲਿਸਟਾਇਲਰ ਸ਼ਰਲੀ ਮੈਕਲੈਨ ਤੇ ਰੇਖਾ ਦੀ ਐਕਟਿੰਗ ਪਸੰਦ ਕਰਦਾ ਤੇ ਮੈਨੂੰ ਬੀਟਲਸ ਤੇ ਲਤਾ ਮੰਗੇਸ਼ਕਰ ਦੇ ਗੀਤ ਬਹੁਤ ਚੰਗੇ ਲੱਗਦੇ ਆ ਫਿਰ ਵੀ ਮੈਂ ਉਹਨਾਂ ਗੱਲਾਂ ਨੂੰ ਪੂਰੀ ਪੜਤਾਲ ਕਰਨ ਦੇ ਬਾਅਦ ਹੀ ਪ੍ਰਵਾਨ ਕਰਾਂਗਾ ਜਿਨ੍ਹਾਂ 'ਤੇ ਇਹਨਾਂ ਦਾ ਵਿਸ਼ਵਾਸ ਹੈ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਮਹਿਸੂਸ ਕਰ ਲੈਣੀ ਚਾਹੀਦੀ ਹੈ ਕੋਈ ਵੀ ਝੂਠੇ ਸੰਕਲਪ ਵਿੱਚ ਵਿਸ਼ਵਾਸ ਬਹੁਤ ਗਿਣਤੀ ਲੋਕ ਉਸ 'ਤੇ ਵਿਸ਼ਵਾਸ ਕਰਦੇ ਜਾਂ ਕਿਉਂਕਿ ਇਸ ਸੰਕਲਪ 'ਤੇ ਵਿਸ਼ਵਾਸ ਬਹੁਤ ਪ੍ਰਾਚੀਨ ਸਮਿਆਂ ਤੋਂ ਚਲਾ ਆਂਦਾ ਹੈ ਜਾਂ ਕਿਉਂਕਿ ਬਹੁਤ ਪ੍ਰਸਿੱਧ ਵਿਗਿਆਨੀ ਵੀ ਉਸ ਵਿੱਚ ਵਿਸ਼ਵਾਸ ਕਰਕੇ ਹੀ ਹੁੰਦਾ ਹੈ ਇੱਕ ਖੇਤਰ ਚ ਮਾਹਿਰ ਜਾਂ ਵਿਖਿਆਤ ਜ਼ਰੂਰੀ ਨਹੀਂ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਚ ਵੀ ਨਿਪੁੰਨ ਹੋਵੇ ਕਿਸਮਤ ਦੱਸਣ ਦੀ ਵਿਦਿਆ ਵਿੱਚ ਅੰਧਵਿਸ਼ਵਾਸ ਇਸ ਕਰਕੇ ਕਰਨਾ ਕਿ ਕੋਈ ਪ੍ਰਸਿੱਧ ਵਿਗਿਆਨੀ ਐਕਟਰ ਜਾਂ ਸੰਗੀਤਕਾਰ ਇਸ ਤੇ ਵਿਸ਼ਵਾਸ ਕਰਦਾ ਹੈ ਉਨਾ ਹੀ ਗੈਰ ਤਾਰਕਿਕ ਤੇ ਭੱਦਾ ਜਿਨਾਂ ਕਿ ਮੰਨਣਾ ਕਿ ਸਰੀਰ ਤੇ ਆਤਮਾ ਦੀ ਸ਼ੁੱਧੀ ਵਾਸਤੇ ਗਊ ਦਾ ਮੂਤਰ ਪੀਣਾ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਮੂਤ ਪਿੰਦਾ ਸੀ ਇਸ ਰੈਵੀ ਇੱਕ ਗੈਰ ਤਰਕਸ਼ੀਲ ਵਿਸ਼ਵਾਸ ਹੈ ਕਿ ਮਨੁੱਖ ਦਾ ਮਾਸ ਖਾਣ ਨਾਲ ਕੋਈ ਮਹਾਨ ਵਿਅਕਤੀ ਸੁਪਰਮੈਨ ਬਣ ਜਾਏਗਾ ਜਿਵੇਂ ਕਿ ਯੂਗਾਂਡਾ ਦਾ ਪ੍ਰਧਾਨ ਈਦੀ ਅਮੀਨ ਭਰੋਸਾ ਕਰਿਆ ਕਰਦਾ ਸੀ ਵਿਦਿਅਕ ਯੋਗਤਾਵਾਂ ਤੇ ਸਮਝਦਾਰੀ ਲਈ ਲਾਇਲਗ ਪੁਨੇ ਤੋਂ ਮੁਕਤ ਹੋਣ ਦੀਆਂ ਨਿਸ਼ਾਨੀਆਂ ਨਹੀਂ ਸਮਝ ਲੈਣੀਆਂ ਚਾਹੀਦੀਆਂ ਦਰਅਸਲ ਉੱਚੇ ਉੱਚੇ ਆਉਂਦੇ ਹ ਉੱਤੇ ਸ਼ਿਸ਼ੋਭਤ ਵੱਧ ਪੜੇ ਲਿਖੇ ਵਿਅਕਤੀ ਵੀ ਬੇहद ਲਾਇਲਗ ਹੁੰਦੇ ਹਨ ਇਥੋਂ ਤੱਕ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਲੰਕਾ 'ਚ ਸ਼੍ਰੀਮਤੀ ਪੰਡਰ ਨਾਇਕੇ ਨੇ ਜੋਤਸ਼ੀਆਂ ਵੱਲੋਂ ਦੱਸੇ ਸ਼ੁਭ ਸਮੇਂ ਉੱਤੇ ਹੀ ਆਪਣੇ ਅਹੁਦੇ ਦੀ ਛੌਂ ਚੁੱਕੀ ਸੀ। ਇਸ ਤਰ੍ਹਾਂ ਅੰਧਵਿਸ਼ਵਾਸਾਂ ਤੇ ਸਿਰਫ ਤਰਕਸ਼ੀਲ ਸੋਚਣੇ ਵਾਲੇ ਵਿਅਕਤੀ ਹੀ ਮੁਕਤ ਹੋ ਸਕਦੇ ਆ। ਅੰਧਵਿਸ਼ਵਾਸੀ ਵਿਅਕਤੀ ਵੱਧ ਪੜੇ ਲਿਖੇ ਤੇ ਸਮਝਦਾਰ ਹੋਣ ਦੇ ਬਾਵਜੂਦ ਵੀ ਦਿਮਾਗੀ ਤੌਰ ਉੱਤੇ ਅੰਨੇ ਹੀ ਹੁੰਦੇ ਆ। ਇੱਕ ਸ਼ਾਮ ਨੂੰ ਮੈਂ ਇੱਕ ਕਲੱਬ ਵਿੱਚ ਆਪਣੇ ਇੱਕ ਡਾਕਟਰ ਪੀ ਐਚ ਡੀ ਮਿੱਤਰ ਨਾਲ ਬੈਠਾ ਗੱਪਸ਼ਪ ਕਰ ਰਿਹਾ ਸੀ। ਮੈਂ ਉਹਨੂੰ ਦੱਸਿਆ ਕਿ ਜੋਤਸ਼ੀ ਦੇ ਪਾਜ ਉਗੇੜਨ ਤੇ ਇਹਨੂੰ ਇੱਕ ਧੋਖਾ ਸਾਬਤ ਕਰਨ ਲਈ ਮੇਰਾ ਇੱਕ ਕਿਤਾਬ ਲਿਖਣ ਦਾ ਇਰਾਦਾ ਹੈ ਮੇਰੇ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਜੇ ਮੈਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਨਾ ਤਾਂ ਕਿਤਾਬ ਲਿਖਣ ਤੋਂ ਪਹਿਲਾਂ ਮੈਨੂੰ ਪੀ ਐਚ ਡੀ ਕਰਨੀ ਚਾਹੀਦੀ ਹੈ ਮੈਂ ਤਰਕਸ਼ੀਲ ਮਾਨਸਿਕਤਾ ਵਾਲਾ ਵਿਅਕਤੀ ਹੋਣ ਕਰਕੇ ਉਹ ਤੋਂ ਪੁੱਛੇ ਬਿਨਾਂ ਨਾ ਰਹਿ ਸਕਿਆ ਕਿ ਉਹਨੂੰ ਇੱਕ ਵੀ ਕਿਸਮ ਦੱਸਣ ਵਾਲੇ ਦਾ ਪਤਾ ਹੈ ਜੀਨੇ ਪੀ ਐਚ ਡੀ ਕੀਤੀ ਹੋਵੇ ਕਿ ਇਹ ਲਾਜ਼ਮੀ ਹੈ ਕੇ ਲੇਖਕ ਬਣਨ ਤੋਂ ਪਹਿਲਾਂ ਡਾਕਟੋਰੇਟ ਦੀ ਡਿਗਰੀ ਜ਼ਰੂਰ ਕੀਤੀ ਹੋਵੇ ਸ਼ੇਕਸਪੀਅਰ ਅਰਸਤੂ ਨਾਨਕ ਸਿੰਘ ਤੇ ਜਸਵੰਤ ਸਿੰਘ ਕਬਲ ਵਰਗੇ ਲੇਖਕ ਜਿਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਉੱਤੇ ਰਿਸਰਚ ਕਰਕੇ ਬਹੁਤ ਸਾਰੇ ਵਿਦਿਆਰਥੀ ਪੀ ਐਚ ਡੀ ਕਰ ਰਹੇ ਹੈ ਖੁਦ ਡਾਕਟੋਰੇਟ ਪਾਸ ਨਹੀਂ ਹਨ ਮੇਰਾ ਆਪਣਾ ਇਰਾਦਾ ਆਪ ਨੂੰ ਇਹਨਾਂ ਮਹਾਨ ਪ੍ਰਤਿਭਾਵੰਤ ਹਸਤੀਆਂ ਦੇ ਬਰਾਬਰ ਦਾ ਸਮਝਣ ਦਾ ਨਹੀਂ ਹੈ ਨਾ ਹੀ ਮੇਰਾ ਇਰਾਦਾ ਆਪਣੇ ਦੋਸਤ ਦੀ ਬੇਇੱਜ਼ਤੀ ਕਰਨ ਜਾਂ ਉਹਨੂੰ ਨੀਵਾਂ ਵਿਖਾਉਣ ਦਾ ਹੀ ਹੈ ਮੈਂ ਤਾਂ ਪਾਠਕਾਂ ਦਾ ਧਿਆਨ ਸਾਡੀ ਗੱਲਬਾਤ ਵਿੱਚੋਂ ਪੈਦਾ ਹੋਏ ਤਰਕ ਵੱਲ ਖਿਚਣ ਦੀ ਕੋਸ਼ਿਸ਼ ਕਰ ਰਿਹਾ ਇਹ ਤਰਸ ਯੋ ਗੱਲ ਹੈ ਭਾਵੇਂ ਸੱਚੀ ਹੈ ਕਿ ਵਿਗਿਆਨਕਾਂ ਦੇ ਸੰਸਾਰ ਵਿੱਚ ਹੀ ਬਹੁਤ ਸਾਰੇ ਲਾਈ ਲਗ ਮੂਰਖ ਹਨ ਅਸਲੀਅਤ ਇਹ ਹੈ ਕਿ ਬਹੁਤੇ ਵਿਦਿਆਰਥੀ ਜਿਹੜੇ ਵਿਗਿਆਨ ਜਾਂ ਟੈਕਨੋਲੋਜੀ ਦੇ ਵਿਸ਼ੇ ਲੈਂਦੇ ਹੈ ਉਹ ਇਸ ਕਰਕੇ ਨਹੀਂ ਕਿ ਉਹਨਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਹੁੰਦਾ ਹੈ ਜਾਂ ਉਹਨਾਂ 'ਚ ਕੁਦਰਤੀ ਪ੍ਰਵਿਰਤੀ ਹੁੰਦੀ ਹੈ ਉਹ ਤਾਂ ਸਿਰਫ ਇਹਸ ਕਰਕੇ ਵਿਸ਼ਾ ਚੁਣਦੇ ਆ ਕਿ ਵਧੀਆ ਪੈਸੇ ਵਾਲੀ ਨੌਕਰੀ ਪ੍ਰਾਪਤ ਹੋ ਸਕੇ ਜਿਹੜਾ ਵਿਗਿਆਨੀ ਬਿਨਾਂ ਪੜਤਾਲ ਕਰਨ ਦੇ ਵਿਸ਼ਵਾਸ ਕਰਦਾ ਹੈ ਕਿ ਗੈਰ ਵਿਗਿਆਨਕ ਹੁੰਦਾ ਕੋਈ ਵੀ ਅਸਲੀ ਵਿਗਿਆਨਕ ਕਿਸੇ ਵਿਅਕਤੀ ਸਥਾਨ ਕਿਤਾਬ ਜਾਂ ਫਲਸਫੇ ਦੀ ਪਵਿੱਤਰਤਾ ਦੇ ਡਰੋਂ ਖੋਜ ਜਾਂ ਜਾਂਚ ਆਣਬੀਨ ਕਰਨ ਤੋਂ ਝਿਜਕੇਗਾ ਨਹੀਂ ਉਹ ਡਾਕਟਰ ਕਿਵੇਂ ਵਿਗਿਆਨੀ ਆਖਵਾ ਸਕਦਾ ਹੈ ਜਿਹੜਾ ਮਰੀਜ਼ ਦੀ ਬਿਮਾਰੀ ਦੇ ਇਲਾਜ ਵਾਸਤੇ ਦਵਾਈ ਦੀ ਪਰਚੀ ਤੇ ਲਿਖ ਕੇ ਆਖਦਾ ਕਿ ਮੈਂ ਤਾਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੁਣ ਬਾਕੀ ਪਰਮਾਤਮਾ ਦੇ ਹੱਥਾਂ 'ਚ ਹੀ ਹੈ ਕਈ ਅਜੇ ਬੋਗਸ ਵਿਗਿਆਨਕ ਵੀ ਮਿਲਦੇ ਐ ਜਿਹੜੇ ਕੁਦਰਤੀ ਵਿਗਿਆਨ ਦੇ ਅੱਗੇ ਪਿੱਛੇ Hindu ਵਿਗਿਆਨ, Isai ਵਿਗਿਆਨ ਜਾਂ Islami ਵਿਗਿਆਨ ਆਦਿ ਸ਼ਬਦ ਜੋੜ ਲੈਂਦੇ ਐ ਇਹ ਬਹੁਤ ਹੀ ਕਮਿਨੀ ਤੇ ਸੋਚੀ ਸਮਝੀ ਸਾਜ਼ਿਸ਼ ਐ ਧਰਮ ਉੱਪਰ ਵਿਗਿਆਨਕ ਮੁਲਮਾ ਚੜਾਉਂਦੀ ਅਜੇ ਗੈਰ ਵਿਗਿਆਨਕ ਵਿਗਿਆਨੀ ਧਾਰਮਿਕ ਕਾਨੂੰਨ ਜਾਂ ਧਾਰਮਿਕ ਪਾਗਲਪਨ ਦੇ ਮਰੀਜ਼ ਹੀ ਹੁੰਦੇ ਐ ਜਾਂ ਫਿਰ ਆਰਥਿਕ ਲਾਭ ਲੈਣ ਦੀ ਸ਼ਰਾਰਤ ਹੁੰਦੀ ਐ ਜਦੋਂ 20ਵੀਂ ਸਦੀ ਦੇ ਅਖੀਰਲੇ ਦਹਾਕੇ 'ਚ ਅਜੇ ਪ੍ਰਸਿੱਧ ਬੁੱਧੀਮਾਨ ਵਿਅਕਤੀ ਕਿਸਮਤਾਂ ਦੱਸਣ ਵਾਲਿਆਂ 'ਚ ਵਿਸ਼ਵਾਸ ਕਰਦੇ ਹਨ ਤੇ ਜਿਹੜੇ ਉਹਨਾਂ ਦੀ ਨਕਲ ਕਰਦੇ ਐ ਉਹਨਾਂ ਦਾ ਕੀ ਕਸੂਰ ਹੈ ਜਨਤਕ ਤੌਰ ਤੇ ਮੇਰੇ ਵੱਲੋਂ ਕਿਸਮਤ ਦੱਸਣ ਦੀਆਂ ਵੱਖੋ-ਵੱਖਰੀਆਂ ਪ੍ਰਣਾਲੀਆਂ ਦੀ ਪੜਤਾਲ ਕਰਕੇ ਵਲਤ ਸਿੱਧ ਕਰ ਦੇਣ ਦੇ ਬਾਵਜੂਦ ਵੀ ਮੈਂ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਹਦੀ ਪਤਨੀ ਮੇਰੇ ਕੋਲ ਆਪਣੀ ਕਿਸਮਤ ਬਾਰੇ ਜਾਨਣਾ ਚਾਹੁੰਦੀ ਹੈ ਉਹ ਨਿੱਜੀ ਤੌਰ ਤੇ ਵੀ ਜਾਣਦਾ ਹੈ ਕਿ ਮੈਂ ਇੱਕ ਕਿਤਾਬ ਲਿਖ ਰਿਹਾ ਹਾਂ ਜੋਤਿਸ਼ ਝੂਠ ਬੋਲਦਾ ਹੈ ਮੈਨੂੰ ਉਹਦੀ ਲਾਈ ਲੱਗਤਾ ਤੇ ਬਹੁਤ ਹੈਰਾਨੀ ਹੋਈ ਇੱਕ ਦਿਨ ਮੈਂ ਬਾਜ਼ਾਰ 'ਚ ਚੀਜ਼ਾਂ ਵਸਤਾਂ ਖਰੀਦ ਰਿਹਾ ਸੀ ਕਿ ਅਖਬਾਰਾਂ 'ਚ ਮੇਰੀ ਫੋਟੋ ਛਪੀ ਹੋਣ ਕਰਕੇ ਮੈਨੂੰ ਇੱਕ ਔਰਤ ਨੇ ਪਛਾਣ ਲਿਆ ਮੈਂ ਇਹ ਜਾਣ ਕੇ ਬਹੁਤ ਹੀ ਹੈਰਾਨ ਰਹਿ ਗਿਆ ਕਿ ਜਦੋਂ ਉਹਨੇ ਘਰ ਜਾ ਕੇ ਉਹਦੀ ਤੇ ਉਹਦੇ ਪਰਿਵਾਰ ਦੀ ਕਿਸਮਤ ਬਾਰੇ ਦੱਸਣ ਦੀ ਇੱਛਾ ਜ਼ਾਹਰ ਕੀਤੀ ਅਜਿਹੇ ਵਿਅਕਤੀ ਜੋ ਕਿ ਤਰਕ ਤੇ ਮੁਕਾਬਲੇਬਾਜ਼ੀ ਦੇ ਯੁੱਗ 'ਨਰ ਤਰਕਸ਼ੀਲ ਤੇ ਵਿਗਿਆਨਕ ਸੋਚਣ ਦੀ ਜ਼ਰੂਰਤ ਤੇ ਮਹੱਤਵ ਮਹੱਤਵ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਰਵੇਖਣ ਮੈਂ ਲੋਕਾਂ ਦੀ ਕਿਸਮਤ ਬਾਰੇ ਵਿਚਾਰ ਜਾਣਨ ਲਈ ਇੱਕ ਸਰਵੇਖਣ ਪਰਫੋਮਾ ਸਵਾਲਾਂ ਦੇ ਜਵਾਬਾਂ ਦੇ ਰੂਪ ਵਿੱਚ ਤਿਆਰ ਕੀਤਾ। ਇਸ ਸਰਵੇਖਣ ਵਿੱਚ ਵੱਖ-ਵੱਖ ਤਰ੍ਹਾਂ ਦੇ ਕੋਈ 500 ਵਿਅਕਤੀ ਸ਼ਾਮਲ ਕੀਤੇ ਗਏ। ਨੌਜਵਾਨ, ਬਾਲਗ, ਅਧਖੜ, ਡਾਕਟਰ, ਮੈਨੇਜਰ, ਨਰਸਾਂ, ਕਿਸਾਨ, ਅਧਿਆਪਕ, ਮਕੈਨਿਕ, ਮਜ਼ਦੂਰ, ਵਪਾਰੀ, ਸੇਲਜ਼ਮੈਨ, ਕਲਰਕ, ਵਕੀਲ, ਮਰਦ ਤੇ ਔਰਤਾਂ ਇਹ ਸਰਵੇਖਣ ਅਦੀਨ ਲਿਆਉਂਦੇ। ਇਹਨਾਂ 'ਚ ਪੜ੍ਹੇ-ਲਿਖੇ ਤੇ ਘੱਟ ਪੜ੍ਹੇ-ਲਿਖੇ ਵਿਅਕਤੀ ਸ਼ਾਮਲ ਸਨ। ਸਰਵੇਖਣ ਲਈ ਭੇਜੇ ਗਏ ਪ੍ਰਸ਼ਨ ਪਤਰੀ ਦੇ ਪਰਫਾਰਮੇ ਦੀ ਨਕਲ ਇਸ ਤਰ੍ਹਾਂ ਹੈ ਦਸਣਾ ਕੋਈ ਜ਼ਰੂਰੀ ਨਹੀਂ ਹੈ ਨਾਮ ਦਸਣਾ ਕੋਈ ਜ਼ਰੂਰੀ ਨਹੀਂ ਹੈ ਲਿੰਗ ਔਰਤ مرد ਉਮਰ ਸਾਲਾਂ ਵਿੱਚ ਹੀ ਦੱਸੋ ਵਿਦਿਅਕ ਯੋਗਤਾਵਾਂ ਕਿੱਤਾ ਕੀ ਤੁਸੀਂ ਕਿਸਮਤ 'ਚ ਵਿਸ਼ਵਾਸ ਰੱਖਦੇ ਹੋ ਹਾਂ ਜਾਂ ਨਹੀਂ ਕੀ ਤੁਸੀਂ ਕਦੇ ਪਿਸ਼ ਪੇਸ਼ਾਵਰਾਂਾ ਕਿਸਮਤ ਦੱਸਣ ਵਾਲੇ ਕੋਲ ਗਏ ਹੋ ਹਾਂ ਜਾਂ ਨਹੀਂ ਕੀ ਕਿਸਮਤ ਦੱਸਣ ਨੂੰ ਤੁਸੀਂ ਗੰਭੀਰਤਾ ਨਾਲ ਲੈਂਦੇ ਹੋ ਹਾਂ ਜਾਂ ਨਹੀਂ ਕੀ ਤੁਸੀਂ ਅਖਬਾਰਾਂ ਮੈਗਜ਼ੀਨਾਂ 'ਚ ਆਪਣੀ ਕਿਸਮਤ ਬਾਰੇ ਪੜ੍ਹਦੇ ਹੋ ਹਾਂ ਜਾਂ ਨਹੀਂ ਕੀ ਤੁਸੀਂ ਆਪਣੀ ਕਿਸਮਤ ਬਾਰੇ ਜਾਣਨ ਲਈ ਅਖਬਾਰੀ ਮੈਗਜ਼ੀਨ ਖਰੀਦਦੇ ਹੋ ਹਾਂ ਜਾਂ ਨਹੀਂ ਸਰਵੇਖਣ ਦੇ ਨਤੀਜਿਆਂ ਉੱਪਰ ਇੱਕ ਝਾਤੀ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਲੋਕੀ ਇਸ ਬਾਰੇ ਕੀ ਸੋਚਦੇ ਹੈ ਪ੍ਰਸ਼ਨ ਨੰਬਰ 6 7 8 9 10 ਪ੍ਰਤੀਸ਼ਤ ਨਹੀਂ ਮਰਦਨ ਕਿੰਨੇ ਹੈ 63 7ਵੇਂ ਚ 93 8ਵੇਂ ਚ 92 9ਵੇਂ ਚ 64 10ਵੇਂ ਚ 99 ਪ੍ਰਤੀਸ਼ਤ ਨਹੀਂ ਕਹਿਣ ਵਾਲੀਆਂ ਔਰਤਾਂ 39 60 72 29 79 ਉਪਰੋਕਤ ਅੰਕੜੇ ਗ੍ਰਾਫ ਰਾਹੀਂ ਚੰਗੀ ਤਰ੍ਹਾਂ ਸਮਝੇ ਜਾ ਸਕਦੇ ਆ 1% ਲੋਕ ਅਜਿਹੇ ਆ ਜਿਨ੍ਹਾਂ ਦਾ ਕਿਸਮਤਾਂ ਬਾਰੇ ਠੋਸ ਨਿਰਣਾ ਨਹੀਂ ਹੈ ਕਦੇ ਇਸ਼ਟ ਵਿਸ਼ਵਾਸ ਕਰਦੇ ਆ ਕਦੇ ਨਹੀਂ ਕਰਦੇ ਤੇ ਜਿਹੜੇ 63% ਦੇ ਮਰਦ ਕਿਸਮਤਾਂ ਭਰੋਸਾ ਨਹੀਂ ਕਰਦੇ ਕੋਈ ਵੀ ਅਖਬਾਰੀ ਮੈਗਜ਼ੀਨ ਆਪਣੀ ਕਿਸਮਤ ਵੇਖਣ ਵਾਸਤੇ ਨਹੀਂ ਪੜ੍ਹਦੇ 11% ਦੀ ਵਿਅਕਤੀ ਮਰਦ ਅਜਿਹੀ ਹਨ ਜਿਹੜੇ ਆਪਣੀ ਕਿਸਮਤ ਬਾਰੇ ਇੱਛੁਕ ਹੁੰਦੇ ਐ ਤੇ ਉਹ ਜਿਹੀ ਅਖਬਾਰ ਮੈਗਜ਼ੀਨ ਖਰੀਦਦੇ ਵੀ ਐ ਭਾਵੇਂ ਸਰਵੇਖਣ ਅਧੀਨ ਔਰਤਾਂ ਵਿੱਚੋਂ 61% ਔਰਤਾਂ ਕਿਸਮਤ 'ਚ ਭਰੋਸਾ ਰੱਖਦੀਆਂ 71% ਦੀ ਰਾਸ਼ੀ ਫਲੰਚ ਅਖਬਾਰਾਂ ਮੈਗਜ਼ੀਨਾਂ ਵਿੱਚੋਂ ਆਪਣੀ ਕਿਸਮਤ ਚੈੱਕ ਅਪ ਕਰਦੀਆਂ 72% ਦੀ ਔਰਤਾਂ ਕਿਸਮਤ ਦੇ ਇਸ ਚੱਕਰ ਨੂੰ ਗੰभीरਤਾ ਨਾਲ ਨਹੀਂ ਲੈਂਦੀਆਂ ਅੰਕੜੇ ਦਰਸਾਉਂਦੇ ਆ ਕਿ ਔਰਤਾਂ ਦੇ ਮੁਕਾਬਲੇ ਮਰਦ ਵੱਧ ਯਕੀਨ ਵਾਲੇ ਪੱਕੇ ਇਰਾਦੇ ਵਾਲੇ ਤੇ ਆਜ਼ਾਦ ਹੁੰਦੇ ਆ ਜਦੋਂ ਕਿ ਔਰਤਾ ਸਬੰਧੀ ਉਪਰੋਕਤ ਡਗ ਮਗਾਉਂਦਾ ਨਕਸ਼ਾ ਉਨ੍ਹਾਂ ਦੇ ਮਨਾਂ ਦੀ ਤੇ ਸਰਗਰਮੀਆਂ ਦੀ ਅਸਥਿਰਤਾ ਹੀ ਪ੍ਰਗਟਾਉਂਦਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਮਨੋਚਿਕਿਤਸਕਾਂ, ਮਨੋਵਿਸ਼ਲੇਸ਼ਣਾ ਮਹਾਰਾਂ ਤੇ ਸਮਾਜ ਵਿਗਿਆਨੀਆਂ ਨੇ ਬਹੁਤ ਹੀ ਵਿਦਵਤਾਪੂਰਨ ਮੁਲਾਂਕਣ ਕੀਤੇ ਸਮਝਣ ਦੇ ਵਾਸਤੇ ਕਿ ਔਰਤਾਂ ਜੀਵਨ ਪ੍ਰਤੀ ਅਗਾਂਹ ਵੱਧੂ ਸੋਚ ਅਪਣਾਉਣ ਵਿੱਚ ਪਿੱਛੇ ਕਿਉਂ ਰਹਿ ਜਾਂਦੀਆਂ। ਉਹਨਾਂ ਨੇ ਇਸ ਸਬੰਧ ਵਿੱਚ ਨਾਰੀ ਪੁਨੇ ਦੀ ਬਿਲਕੁਲ ਹੀ ਨਵੀਂ ਮਨੋ ਸਮਾਜਿਕ ਤਸਵੀਰ ਪੇਸ਼ ਕੀਤੀ ਹੈ ਔਰਤ ਦਾ ਬਚਪਨ ਉਹਦੀ ਜਵਾਨੀ ਉਹਦਾ ਬਾਲਗਪਨਾ ਤੇ ਅਧੇੜ ਉਮਰ ਦੇ ਬਦਲਾਅ ਸਭ ਅਧਿਐਨ ਅਧੀਨ ਲਿਆਂਦੇ ਗਏ ਇੱਕ ਖੋਜ ਕੀਤੀ ਗਈ ਕਿ ਰੂੜੀਵਾਦੀ ਔਰਤਾਂ ਅਮਰਜੈਂਸੀ ਭਰਪੂਰ ਸਥਿਤੀਆਂ ਵਿੱਚ ਆਪਣੇ ਪਤੀਆਂ ਨਾਲ ਛੇਤੀ ਬੌਂਦਲ ਜਾਂਦੀ ਹੈ ਜਦੋਂ ਸਥਿਤੀ ਇੰਨੀ ਸੰਕਟਮਈ ਜਾਂ ਗੰਭੀਰ ਵੀ ਨਹੀਂ ਹੁੰਦੀ ਤਾਂ ਵੀ ਔਰਤ ਡਾਂਵ ਡੋਲ ਹੀ ਮਹਿਸੂਸ ਕਰਦੀ ਹੈ ਕਿ ਕੀ ਕੀਤਾ ਜਾਏ ਤੇ ਕੀ ਨਾ ਕੀਤਾ ਜਾਏ ਇਸ ਪੱਖ ਵਿੱਚ ਦਲੀਲੇ ਦਿੱਤੀ ਜਾਂਦੀ ਹੈ ਕਿ ਔਰਤਾਂ ਝੂਲੇ 'ਚ ਝੁੱਲਣ ਦੀ ਤਰ੍ਹਾਂ ਬੇਚੈਨ ਮਹਿਸੂਸ ਕਰਦੀਆਂ ਤੇ ਹਾਲਤਾਂ ਨੂੰ ਖਰਾਬ ਕਰ ਲੈਂਦੀਆਂ ਸ਼ਾਇਦ ਇਸ ਡਰੋਂ ਕਿ ਉਹ ਕਿਤੇ ਕੋਈ ਗਲਤੀ ਨਾ ਕਰ ਲੈਣ ਕੀ ਕੀਤਾ ਜਾਏ ਤੇ ਕੀ ਨਾ ਕੀਤਾ ਜਾਏ ਬਾਰੇ ਬੇਯਕੀਨੀ ਅਕਸਰ ਹੀ ਔਰਤਾਂ ਅਨੁਭਵ ਕਰਦੀਆਂ ਉਹਨਾਂ ਦੇ ਮਨਾਂ 'ਚ ਪਹਿਲਾਂ ਹੀ ਇਹ ਵਿਚਾਰ ਪੱਕੇ ਤੌਰ ਤੇ ਘਰ ਘਰੀ ਬੈਠਾ ਹੁੰਦਾ ਹੈ ਕਿ ਉਹ ਠੀਕ ਕਰ ਰਹੀ ਹੈ ਤੇ ਜਾਂ ਟੀਕ ਨਹੀਂ ਕਰ ਰਹੀਆਂ ਇਹਦੀ ਚਿੰਤਾ ਹੀ ਉਹਨਾਂ ਦੇ ਇਰਾਦਿਆਂ ਨੂੰ ਕਮਜ਼ੋਰ ਕਰਦੀ ਹੈ ਜੀਵਨ ਸੰਘਰਸ਼ ਵਿੱਚ ਅਸਲੀ ਸਫਲਤਾ ਔਰਤਾਂ ਲਈ ਹਮੇਸ਼ਾ ਹੀ ਇਸ ਤੋਂ ਅੱਗੇ ਹੋਰ ਕਾਮਯਾਬੀ ਦੇ ਕਾਰਨ ਨਹੀਂ ਬਣਦੀ ਅਸੀਂ ਸਾਰੀ ਆਪਣੀ ਸਫਲਤਾ ਦਾ ਸਿਰ ਕਿਸੇ ਨਾ ਕਿਸੇ ਦੇ ਸਿਰ ਬੰਨਣ ਤੇ ਆਦੀ ਆ ਜਦੋਂ ਕੋਈ ਔਰਤ ਕਿਸੇ ਮੁਸ਼ਕਲ ਸਮੱਸਿਆ ਦਾ ਹੱਲ ਲੱਭ ਲੈਂਦੀ ਹੈ ਤਾਂ ਉਹਦੇ ਇਸ ਸਿਰੇ ਦਾ ਆਮ ਤੌਰ ਤੇ ਯੋਜਨਾਬੱਧ ਸਖਤ ਮਿਹਨਤ ਜਾਂ ਕਿਸਮਤ ਨੂੰ ਬਖਸ਼ਣਾ ਹੁੰਦਾ ਹੈ ਇਹ ਸਿਧਾਂਤ ਇਸ ਸਿਧਾਂਤ ਜਿਸ ਅਨੁਸਾਰ ਘਟਨਾਵਾਂ ਦੇ ਕਾਰਨਾਂ ਤੇ ਪ੍ਰਭਾਵਾਂ ਦਾ ਮਨੁੱਖੀ ਜੀਵਨ ਤੇ ਪ੍ਰਭਾਵ ਬਾਰੇ ਵਿశ్ਲੇਸ਼ਣ ਕੀਤਾ ਜਾਂਦਾ ਹੈ ਔਰ ਤਾਂ ਆਮ ਤੌਰ ਤੇ ਆਪਣੀ ਸਫਲਤਾ ਦਾ ਸਿਹਰਾ ਉਹਨਾਂ ਬਾਹਰੀ ਸਰੋਤਾਂ ਨੂੰ ਦਿੰਦੀਆਂ ਜਿਨ੍ਹਾਂ ਦਾ ਇਸ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਕਿਸਮਤ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਕਾਰਨ ਗਿਣੀ ਜਾਂਦੀ ਹੈ ਖੋਜ ਤੋਂ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਔਰਤਾਂ ਸਫਲਤਾ ਦਾ ਸੇਰਾ ਆਪਣੇ ਸਿਰ ਲੈਣ ਤੋਂ ਬਚਦੀਆਂ। ਉਹ ਸਫਲਤਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਤੋਂ ਸਭ ਤੋਂ ਮੁਰੀ ਹੁੰਦੀ ਹੈ। ਮਰਦਾਂ ਉੱਪਰ ਔਰਤਾਂ ਦੀ ਨਿਰਭਰਤਾ ਉਹਨਾਂ ਨੂੰ ਘਟਜੁਖਮ ਲੈ ਵਾਲੀਆਂ ਬਣਾ ਦਿੰਦੀ ਹੈ। ਔਰਤਾਂ ਉਸ ਸਥਿਤੀ ਵਿੱਚ ਵੀ ਕੰਮ ਕਰਨ ਤੋਂ ਝਿਜਕਦੀਆਂ ਹਨ ਜਿਸਟ ਘੱਟ ਤੋਂ ਘੱਟ ਜੁਖਮ ਦੀ ਸੰਭਾਵਨਾ ਹੋਵੇ। ਉਹ ਪੁਰਖਾਂ ਨੂੰ ਨਫ਼ਰਤ ਕਰਦੀਆਂ ਕਿਉਂਕਿ ਉਹਨਾਂ ਵਿੱਚ ਜੁਖਮ ਦੀ ਸੰਭਾਵਨਾ ਮੌਜੂਦ ਹੁੰਦੀ ਹੈ। ਨਵੀਆਂ ਪ੍ਰਸਥਿਤੀਆਂ ਤਬਦੀਲੀਆਂ ਤੇ ਘਰੋਂ ਦੂਰ ਰਹਿਣ ਤੇ ਕੰਨੀ ਘਤਰ ਆਉਂਦੀ ਹੈ। ਉਹਨਾਂ ਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਜੇ ਉਹਨਾਂ ਕੋਲੋਂ ਕੋਈ ਗਲਤੀ ਜੇ ਉਹਨਾਂ ਕੋਈ ਗਲਤੀ ਕੀਤੀ ਜਾਂ ਕੋਈ ਗਲਤ ਕੰਮ ਕੀਤਾ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ। ਇਹ ਫੈਸਲੇ ਲੈਣ ਵਿੱਚ ਮਰਦਾਂ ਨਾਲੋਂ ਘੱਟ ਦ੍ਰਿੜ ਹੁੰਦੀਆਂ ਤੇ ਆਪਣੇ ਜੀਵਨ 'ਚ ਇਹ ਕੰਮ ਉਹ ਆਪਣੇ ਸਾਥੀਆਂ ਜਾਂ ਪਤੀਆਂ ਨੂੰ ਹੀ ਸੌਂਪ ਦਿੰਦੇ। ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ ਉਹਨਾਂ ਦੀ ਸਥਿਤੀ ਉਹਨਾਂ ਦੀ ਨਿਰਣੈ ਕਰਨ ਦੀ ਯੋਗਤਾ ਨੂੰ ਬਿਲਕੁਲ ਹੀ ਨਸ਼ਟ ਕਰ ਦਿੰਦੀ ਹੈ ਇਹ ਵੀ ਵੇਖਣ ਚਾਇਆ ਹੈ ਕਿ ਇਹ ਲੱਛਣ ਅਕਸਰ ਧਾਰਮਿਕ ਰੂੜੀਵਾਦੀ ਔਰਤਾਂ 'ਚ ਵੇਖਣ ਨੂੰ ਮਿਲਦੇ ਹੈ ਇਹੋ ਜਿਹੇ ਰੁਝਾਨ ਆਧੁਨਿਕ ਦੇ ਗਾਂਬਧੂ ਔਰਤਾਂ 'ਚ ਘੱਟ ਹੀ ਵਿਖਾਈ ਦਿੰਦੇ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮਰਦਾਂ ਦੇ ਮੁਕਾਬਲੇ ਰੂੜੀਵਾਦੀ ਔਰਤਾਂ ਆਪਣੀ ਬੁੱਧੀ ਸ਼ਕਤੀ ਨੂੰ ਘੱਟ ਹੀ ਵਿਕਸਿਤ ਕਰਦੀਆਂ ਡਾਕਟਰ ਐਲੀ ਕਰੋ ਮੈਨੋਥੀ ਸਟੋਨਫੋਰਡ ਨੇ ਆਪਣੇ ਦੋਵਾਂ ਲਿੰਗਾ ਵਿੱਚ ਬੁੱਧੀ ਗੁਣਤਾ ਦੀ ਕਾਰਗੁਜ਼ਾਰੀ ਪਿੰਤਾ ਸੰਬੰਧੀ ਆਪਣੇ ਇੱਕ ਵਿਸ਼ੇਸ਼ ਨਤੀਜਾ ਕੱਢਿਆ ਹੈ ਬਾਲਗ ਪੁਣੇ ਚੀ ਮਰਦ ਬੁੱਧੀ ਗੁਣਤਾ ਵਾਲੇ ਕਾਰਜਾਂ ਚ ਵਰਨਣਯੋਗ ਪ੍ਰਾਪਤੀਆਂ ਕਰ ਲੈਂਦੇ ਹੈ ਇਹਨਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੀਆਂ ਪ੍ਰਾਪਤੀਆਂ ਦੇ ਖੇਤਰਾਂ ਚ ਕਿਤਾਬਾਂ ਤੇ ਲਿਖੀ ਕਿਤਾਬਾਂ ਤੇ ਲਿਖੇ ਲੇਖਾਂ ਦੀ ਗਿਣਤੀ ਕਲਾਤਮਕ ਸਿਰਜਣਾ ਤੇ ਵਿਗਿਆਨਕ ਉਪਲਬਧੀਆਂ ਆਦ ਗਿਣਨਯੋਗ ਹਨ ਔਰਤਾਂ ਮਰਦਾਂ ਦੀ ਧੌਂਸ ਹੇਠ ਦਬਾਈਆਂ ਜਾ ਚੁੱਕੀਆਂ ਹਨ ਇਸ ਸਰਵੇਖਣ ਤੋਂ ਦੁਨੀਆ ਦੇ ਅਗਾਵਧੂ ਤੇ ਵਿਕਸਤ ਮੁਲਕ ਆਸਟ੍ਰੇਲੀਆ ਦੀ ਸੋਚਣੀ ਦੀ ਤਸਵੀਰ ਸਪਸ਼ਟ ਹੋ ਜਾਂਦੀ ਹੈ ਘੱਟ ਵਿਕਸਤ ਮੁਲਕਾਂ ਚ ਸਥਿਤੀ ਬਹੁਤ ਹੀ ਬੁਰੀ ਹੈ ਜਿੱਥੇ 65% ਲੋਕ ਅਨਪੜਾ ਹੈ ਤੇ ਸਮੁੱਚੇ ਸਮਾਜ ਦੀ ਸੱਭਿਆਚਾਰਕ ਤੱਦੀ ਦੀ ਅਵਸਥਾ ਚੋਂ ਲੰਘ ਰਿਹਾ ਹੈ ਕਿਸਮਤਾਂ 'ਚ ਵਿਸ਼ਵਾਸ ਦਾ ਸਿੱਧਾ ਸਬੰਧ ਵਿਅਕਤੀਗਤ ਮਾਨਸਿਕ ਵਿਕਾਸ ਦੇ ਪੱਧਰ ਨਾਲ ਜੁੜਿਆ ਹੁੰਦਾ ਹੈ ਵਿਅਕਤੀਗਤ ਮਾਨਸਿਕ ਵਿਕਾਸ ਬਹੁਤ ਸਾਰੇ ਅੰਸ਼ਾਂ ਮਤਲਬ ਤੱਤਾਂ ਦੇ ਪ੍ਰਭਾਵਿਤ ਹੁੰਦਾ ਹੈ ਉਹਨਾਂ ਉਹਨਾਂ ਤੱਤਾਂ ਵਿੱਚੋਂ ਗਰੀਬੀ ਤੇ ਵਿਦਿਆ ਸਭ ਤੋਂ ਵੱਧ ਮਹੱਤਵਪੂਰਨ ਹਨ ਗਰੀਬ ਮੁਲਕਾਂ 'ਚ ਜਿੱਥੇ 60% ਦੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰਦੇ ਐ ਕੁੱਲ ਆਬਾਦੀ ਦਾ 65% ਦੀ ਹਿੱਸਾ ਹਨ ਪਰੇ ਉਹਨਾਂ ਮੁਲਕਾਂ 'ਚ ਅਕਸਰ ਲੋਕੀ ਪੁਰਾਤਨ ਰੂੜੀਵਾਦੀ ਵਿਸ਼ਵਾਸਾਂ ਨੂੰ ਹੀ ਚੰਬੜੇ ਹੋਏ ਹਨ ਜਦੋਂ ਦਾ ਮੈਂ ਆਸਟ੍ਰੇਲੀਆ 'ਚ ਆਇਆ ਮੈਂ ਇੱਥੇ ਕੋਈ ਵੀ ਫੈਕਟਰੀ ਦੁਕਾਨ ਦਾ ਕੋਈ ਹੋਰ ਕਾਰੋਬਾਰੀ ਅਦਾਰੇ ਵਿੱਚ ਕਿਸੇ ਦੇਵੀ ਦੇਵਤੇ ਜਾਂ ਸੰਤ ਮਹਾਤਮਾ ਦੀਆਂ ਮੂਰਤਾਂ ਦੀ ਪੂਜਾ ਹੁੰਦੀ ਨਹੀਂ ਵੇਖੀ ਧੂਬੱਤੀ ਨਹੀਂ ਹੁੰਦੀ ਜੇ ਕਿਸੇ ਕਾਰੋਬਾਰ 'ਚ ਕੋਈ ਸਮੱਸਿਆ ਲੋਕਾਂ ਦੇ ਸਾਹਮਣੇ ਆਉਂਦੀ ਵੀ ਹੈ ਤਾਂ ਉਹਦਾ ਕਾਰਨ ਤੇ ਉਹਦੇ ਹੱਲ ਦੇ ਢੰਗ ਤਰੀਕੇ ਲੱਭਦੇ ਆਂ ਤੀਜੀ ਦੁਨੀਆ ਦੇ ਮੁਲਕਾਂ 'ਚ ਕੋਈ ਫੈਕਟਰੀ ਦੁਕਾਨ ਜਾਂ ਹੋਰ ਕਾਰੋਬਾਰੀ ਅਦਾਰਾ ਲੱਭਣਾ ਮੁਸ਼ਕਿਲ ਹੀ ਹੈ ਜਿੱਥੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦੀ ਪੂਜਾ ਨਾ ਕੀਤੀ ਜਾਂਦੀ ਹੋਵੇ ਜੇ ਕਦੇ ਉਹਨਾਂ ਦੀ ਆਪਣੀ ਗਲਤੀ ਜਾਂ ਧੱਕੇ ਨਾਲ ਕੋਈ ਨੁਕਸ ਪੈ ਜਾਏ ਤਾਂ ਜਿੰਨੀ ਦੇਰ ਉਹਦਾ ਕਾਰਨ ਨਹੀਂ ਲੱਭ ਲਿਆ ਜਾਂਦਾ ਉਹ ਆਪਣੇ ਪਿਤਰਾਂ ਜਾਂ ਕਿਸੇ ਜਿਉਂਦੇ ਦੇਵਤੇ ਦੀ ਪੂਜਾ ਕਰਦੇ ਰਹਿੰਦੇ ਆਂ ਤੇ ਚੜਾਵੇ ਚੜਾ ਕੇ ਉਸ ਨੁਕਸ ਨੂੰ ਠੀਕ ਕਰਨ ਲਈ ਲਿਲਕੜੀਆਂ ਕੱਢਦੇ ਰਹਿੰਦੇ ਆ ਪੱਛਮੀ ਮੁਲਕਾਂ ਦੀ ਭੌਤਿਕਵਾਦੀ ਤਰਕਸ਼ੀਲ ਤੇ ਸਮਝਦਾਰ ਲੋਕ ਕੋਈ ਨਵਾਂ کاروبار ਜਾਂ ਅਦਾਰਾ ਆਰੰਭ ਕਰਨ ਤੋਂ ਪਹਿਲਾਂ ਮਹਾਰ ਅਰਥਸ਼ਾਸਤਰੀਆਂ ਇੰਜੀਨੀਅਰਾਂ ਤੇ ਟੈਕਨੋਕਰੇਟਾਂ ਨਾਲ ਸਲਾਹ مشورہ ਕਰਦੇ ਹਨ ਪਰ ਪੂਰਬ ਦੇ ਅਧਿਆਤਮਵਾਦੀ ਲੋਕ ਉਹਨਾਂ ਨਾਲੋਂ ਵੱਧ ਵਿਦਿਅਕ ਯੋਗਤਾ ਹੋਣ ਦੇ ਬਾਵਜੂਦ ਵੀ ਕਿਸੇ ਖੇਤਰ ਦੇ ਮਾਹਿਰ ਨਾਲ مشورہ ਨਹੀਂ ਕਰਨਗੇ ਸਗੋਂ ਉਹਨਾਂ ਨੂੰ ਤਾਂ ਕੋਈ ਕਿਸਮਤ ਦੱਸਣ ਵਾਲਾ ਹੀ ਹਰੀ ਚੰਡੀ ਵਿਖਾਏਗਾ ਸ਼ੁਭ ਮਹੂਰਤ ਦਾ ਲਗਨ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਜਾਪ ਦੇ ਪਾਠ ਆਦ ਉਹਨਾਂ ਦੇ ਕਾਰੋਬਾਰ ਦੀ ਤਰੱਕੀ ਲਈ ਵਿਗਿਆਨ ਤੇ ਟੈਕਨੋਲੋਜੀ ਨਾਲੋਂ ਵਿਵਾਦ ਮਹੱਤਵਪੂਰਨ ਹੁੰਦੇ ਹਨ ਜਦੋਂ ਕਦੇ ਪੂਰਬ ਚੜ ਆ ਜਾਂਦੇ ਐ ਤਾਂ ਸੋਕਾ ਪੈ ਜਾਂਦਾ ਐ ਇੱਥੋਂ ਦੇ ਕਰੀਬ ਲੋਕ ਆਪਣੇ ਕਮਜ਼ੋਰ ਮਾਨਸਿਕ ਮਨੋਵਿਰਤੀ ਕਾਰਨ ਵਿਸ਼ੇ ਯੱਗਾਂ ਦਾ ਪ੍ਰਬੰਧ ਕਰਦੇ ਹੈ ਸਮੋਹਕ ਭੋਜਨ ਮਤਲਬ ਪੁੰਨਦਾਨ ਕਰਨ ਚ ਰੁੱਝ ਜਾਂਦੇ ਹੈ ਤਾਂ ਕਿ ਵਰਖਾ ਦੇ ਦੇਵਤੇ ਇੰਦਰ ਨੂੰ ਪ੍ਰਸੰਨ ਕੀਤਾ ਜਾ ਸਕੇ ਪੂਰਬ ਵਾਲੇ ਅਧਿਆਤਮਵਾਦੀ ਲੋਕ ਪੱਛਮ ਵਾਲੇ ਭੌਤਿਕਵਾਦੀ ਤੇ ਤਰਕਵਾਦੀ ਲੋਕਾਂ ਦੀ ਸਹਾਇਤਾ ਦੀ ਆਸ ਕਿਉਂ ਰੱਖਦੇ ਹੈ ਜਦੋਂ ਕਿ ਉਹਨਾਂ ਨੂੰ ਸਭ ਕੁਝ ਮੁਫਤ ਵਿੱਚ ਹੀ ਦੇਵਤਿਆਂ પાસે ਮਿਲ ਸਕਦਾ ਹੈ ਆਓ ਇਸ ਸਰਵੇਖਣ ਦਾ ਇੱਕ ਹੋਰ ਪੱਖ ਵੀ ਵੇਖੀਏ ਮੈਂ ਉਹਨਾਂ ਵਿਅਕਤੀਆਂ ਨੂੰ ਮਿਲਿਆ ਜਿਹੜੇ ਕਿਸਮਤਾਂ 'ਚ ਵਿਸ਼ਵਾਸ ਰੱਖਦੇ ਹੈ ਉਹਨਾਂ ਦੇ ਉਹਨਾਂ ਤੋਂ ਕਿਸਮਤ ਵਿੱਚ ਵਿਸ਼ਵਾਸ ਕਰਨ ਦਾ ਕਾਰਨ ਪੁੱਛਿਆ। ਇੱਕ ਕਲੱਬ ਦੇ ਮੈਨੇਜਰ ਨੇ ਮੈਨੂੰ ਦੱਸਿਆ ਕਿਉਂਕਿ ਉਹ ਦੂਜੇ ਸੰਸਾਰ ਯੁੱਧ ਵਿੱਚ ਬਚ ਗਿਆ ਸੀ ਇਸ ਕਰਕੇ ਉਹ ਕਿਸਮਤ ਵਿੱਚ ਵਿਸ਼ਵਾਸ ਕਰਦਾ ਹੈ। ਇੱਕ ਪੜ੍ਹੇ ਲਿਖੇ ਵਿਅਕਤੀ ਨੇ ਦੱਸਿਆ ਕਿ ਉਹ ਕਿਸਮਤ ਵਿੱਚ ਤਾਂ ਵਿਸ਼ਵਾਸ ਕਰਦਾ ਹੈ ਕਿਉਂਕਿ ਕਿਸਮਤ ਦੱਸਣ ਵਾਲੇ ਮੁਤਾਬਕ ਉਹ ਪੂਰਬ ਜਾ ਕੇ ਵਸ ਗਿਆ ਸੀ। ਇੱਕ ਔਰਤ ਜਿਦੇ ਪਹਿਲੇ ਦੋ ਵਿਆਹ ਸਫਲ ਨਹੀਂ ਸਨ ਹੋਏ ਨੇ ਮੈਨੂੰ ਦੱਸਿਆ ਕਿ ਤਾਂ ਸਭ ਕਿਸਮਤ ਦੇ ਸੌਦੇ ਹੀ ਹੈ। ਇੱਕ ਬੁੱਢੀ ਔਰਤ ਨੇ ਮੈਨੂੰ ਦੱਸਿਆ ਕਿ ਉਹਦਾ ਸਾਰਾ ਹੀ ਪਰਿਵਾਰ ਮੁਸੀਬਤਾਂ ਹੈ। ਉਹਦੇ ਚਾਰਾਂ ਚੋਂ ਤਿੰਨ ਬੱਚੇ ਅੱਦੇ ਤਲਾਕ ਹੋ ਚੁੱਕੇ ਆ ਉਹਦੇ ਪਤੀ ਨੂੰ ਇੱਕ ਜਾਨਲੇਵਾ ਬਿਮਾਰੀ ਚਿੰਬੜੀ ਐ ਉਹਨੇ ਦੱਸਿਆ ਕਿ ਤਾਂ ਸਭ ਚੰਗੀ ਤੇ ਬੁਰੀ ਕਿਸਮਤ ਦਾ ਹੀ ਫਾਲ ਹੈ ਕਈ ਵਿਅਕਤੀਆਂ ਵੱਲੋਂ ਇਸ ਬਾਰੇ ਵਿਅਕਤੀਗਤ ਵਿਚਾਰ ਵੀ ਪ੍ਰਾਪਤ ਹੋਏ ਪਰ ਲੋਕਾਂ ਦੀ ਆਮ ਧਾਰਨਾ ਇਹ ਸੀ ਕਿ ਜਦੋਂ ਉਹ ਜ਼ਿੰਦਗੀ ਦੇ ਦੁੱਖ ਤਕਲੀਫਾਂ ਤੇ ਕਾਬੂ ਪਾ ਲੈਂਦੇ ਸਨ ਤਾਂ ਆਖਦੇ ਸਨ ਕਿ ਤਾਂ ਮੈਂ ਇਹ ਤਾਂ ਮੈਂ ਕੀਤਾ ਹੈ ਜਾਂ ਇਹ ਤਾਂ ਅਸੀਂ ਕੀਤਾ ਹੈ ਪਰ ਜਦੋਂ ਸਫਲ ਨਹੀਂ ਹੁੰਦੇ ਉਹ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਨਹੀਂ ਸੰਭਲਦੇ ਇਸ ਮੌਕੇ ਕਿਸੇ ਬਾਹਰੀ ਸ਼ਕਤੀ ਕਿਸਮਤ ਰੱਬ ਨੂੰ ਨਾ ਕਾਮਯਾਬੀ ਦਾ ਦੋਸ਼ ਦੇ ਦਿੰਦੇ ਅੱਜ ਦੇ ਯੁੱਗ ਅੰਦਰ ਜਦੋਂ ਅਣੁਵੰਸ਼ਕੀ ਇੰਜੀਨੀਅਰਿੰਗ ਲੇਜ਼ਰ ਟੈਕਨੋਲੋਜੀ ਤੇ ਮਾਈਕਰੋ ਚਿਪ ਤਕਨੀਕਾ ਕੁਦਰਤ ਸੰਬੰਧੀ ਸਾਡੇ ਗਿਆਨ ਤੇ ਜਾਣਕਾਰੀ 'ਚ ਵਾਧਾ ਕਰ ਰਹੀ ਹੈ ਤੇ ਬਹੁਤ ਹੀ ਅਫਸੋਸ ਤੇ ਨਿਰਾਸ਼ਾ ਭਰਪੂਰ ਗੱਲ ਹੈ ਕਿ ਸਾਡੀ ਬਹੁਤ ਸਾਰੀ ਪੜ੍ਹੀ ਲਿਖੀ ਆਬਾਦੀ ਹੈ ਜੇ ਵੀ ਕਿਸਮਤ 'ਚ ਵਿਸ਼ਵਾਸ ਕਰਦੀ ਹੈ ਆਓ ਕਿਸਮਤਾਂ ਪੁੱਛਣ ਵਾਲਿਆਂ ਨੂੰ ਕੁਝ ਸਵਾਲ ਹੀ ਪੁੱਛ ਲਈਏ ਪਹਿਲਾ ਕਿ ਖਾੜੀ ਸੰਕਟ ਸਾਡੀ ਕਿਸਮਤ ਚ ਲਿਖਿਆ ਹੋਇਆ ਸੀ ਤੇ ਸਾਨੂੰ ਹੋਸਟੇਜਾਂ ਤੇ ਉਹਦੇ ਅਰਥਚਾਰੇ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਤੋਂ ਤਾਂ ਬਚਿਆ ਹੀ ਨਹੀਂ ਜਾ ਸਕਦਾ ਸੀ ਦੂਸਰਾ ਤੁਸੀਂ ਬੇਭਾਗ ਜੋਰਜ ਬੁਸ਼ ਜਾਂ ਮਿਸਿਸ ਥੈਚਰ ਉਤੇ ਕਿਉਂ ਦੰਦ ਪੈਂਦੇ ਹੋ ਕਿਉਂਨੇ ਸਾਡੇ ਨੌਜਵਾਨਾਂ ਨੂੰ ਉੱਤੇ ਮਰਨ ਜਾਂ ਮਾਰਨ ਲਈ ਭੇਜਿਆ ਕਿ ਤੁਸੀਂ ਇਹ ਨਹੀਂ ਮੰਨਦੇ ਕਿ ਘਟਨਾ ਤਾਂ ਉਹਨਾਂ ਦੀ ਕਿਸਮਤ ਦਾ ਹੀ ਇੱਕ ਭਾਗ ਸੀ ਤੀਸਰਾ ਤੁਹਾਨੂੰ ਪੈਸੀਫਿਕ ਹਾਈਵੇ ਦੀ ਬੁਰੀ ਹਾਲਤ ਬਾਰੇ ਜਾਂ ਐਕਸੀਡੈਂਟਾਂ ਕਾਰਨ ਮਸ਼ੀਨਰੀ ਦੀ ਟੁੱਟਪੱਜ ਹੋ ਜਾਣ ਕਾਰਨ ਜਾਂ ਸਾਲ 'ਚ ਹੋਣ ਵਾਲੀਆਂ ਸੰਕੜੇ ਮੌਤਾਂ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਇਹ ਤਾਂ ਲੋਕਾਂ ਦੀ ਕਿਸਮਤ ਦਾ ਹੀ ਚੱਕਰ ਹੈ ਇਹਨਾਂ ਦੀ ਮੌਤ ਤਾਂ ਕਿਸੇ ਵਿਸ਼ੇਸ਼ ਸਮੇਂ ਵਿਸ਼ੇਸ਼ ਸਥਾਨ ਉੱਤੇ ਕਿਸੇ ਵਿਸ਼ੇ ਸ਼ੁਭ ਬ੍ਰਹਿਮੰਡ ਗ੍ਰਹਿ ਦੇ ਬੁਰੇ ਪ੍ਰਭਾਵ ਕਾਰਨ ਹੋਣੀ ਸੀ ਚੌਥਾ ਜ਼ਿੰਦਗੀ ਤੇ ਮੌਤ ਦਰਮਿਆਨ ਘੋਲ ਕਰ ਰਹੇ ਮਰੀਜ਼ਾਂ ਨੂੰ ਜ਼ਿੰਦਗੀ ਦੀਆਂ ਘੜੀਆਂ ਚ ਵਾਧ ਵਾਸਤੇ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਸਮਤ 'ਚ ਭਰੋਸਾ ਰੱਖਣਾ ਚਾਹੀਦਾ ਤੇ ਬਚ ਸਕਦੇ ਆ ਕਿ ਡਾਕਟਰ ਕਿਸੇ ਦੀ ਜ਼ਿੰਦਗੀ ਚ ਵਾਧਾ ਕਰਕੇ ਉਹਦੀ ਕਿਸਮਤ ਨਹੀਂ ਬਦਲ ਰਿਹਾ ਹੁੰਦਾ ਪੰਜਵਾਂ ਧਰਤੀ ਦੇ ਕੁਝ ਹਿੱਸਿਆਂ ਆਸਟ੍ਰੇਲੀਆ ਉੱਤਰੀ ਅਮਰੀਕਾ ਯੂਰਪ ਆਦਿ ਵਿੱਚ ਲੋਕਾਂ ਦੀ ਕਿਸਮਤ ਤਾਂ ਵਧੀਆ ਕਿਉਂ ਹੈ ਏਸ਼ੀਆ ਅਫਰੀਕਾ ਜਾਂ ਦੱਖਣੀ ਅਮਰੀਕਾ 'ਚ ਬੁਰੀਆਂ ਕਿਉਂ ਹੈ ਇਨਾ ਉਪਰੋਕਤ ਦੱਸੇ ਹਿੱਸਿਆਂ ਦੇ ਲੋਕਾਂ ਨਾਲੋਂ 6ਵਾਂ ਇੱਕ ਅਮੀਰ ਜੋੜੇ ਦੇ ਪੈਦਾ ਹੋਏ ਬੱਚੇ ਦੀ ਕਿਸਮਤ ਹਮੇਸ਼ਾ ਹੀ ਇੱਕ ਗਰੀਬ ਪਰਿਵਾਰ 'ਚ ਜੰਮੇ ਬੱਚੇ ਦੀ ਕਿਸਮਤ ਨਾਲੋਂ ਚੰਗੀ ਕਿਉਂ ਹੁੰਦੀ ਹੈ? ਮੁੱਖ ਤੌਰ ਤੇ ਮਨੁੱਖ ਸਵਾਰਥੀ ਜੀਵ ਹੈ। ਇਸ ਤਰ੍ਹਾਂ ਦੇ ਵਿਹਾਰ ਦਾ ਸਾਡੀ ਆਮ ਬੋਲੀ 'ਚ ਵੀ ਪਤਾ ਲੱਗਦਾ ਹੈ। ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਹ ਕੀਤਾ ਮੈਂ ਆਹ ਕੀਤਾ। ਇਹ ਕੰਮ ਮੇਰੇ ਬਿਨਾ ਹੋਣਾ ਮੁਸ਼ਕਲ ਹੈ। ਉਹ ਦੀ ਗੈਰ ਹਾਜ਼ਰੀ ਕਾਰਨ ਮੈਚ ਹਾਰ ਗਏ ਅਸੀਂ ਉਹ ਤੋਂ ਬਗੈਰ ਮੈਚ ਜਿੱਤ ਲਿਆ ਆਦ ਸ਼ਬਦ ਦੱਸਦੇ ਹਨ ਕਿ ਹਰ ਕੋਈ ਹੀ ਸਵਾਰਥੀ ਜਾਂ ਮਤਲਬੀ ਹੈ ਉਹ ਅਸੀਂ ਤੇ ਮੈਂ ਸ਼ਬਦਾਂ ਦੀ ਵਰਤੋਂ ਸਾਫ਼ ਦੱਸਦੀ ਹੈ ਕਿ ਮਨੁੱਖ ਆਪੇ ਤੋਂ ਸਿਵਾਏ ਕਾਸੀ 'ਚ ਵਿਸ਼ਵਾਸ ਹੀ ਨਹੀਂ ਕਰਦਾ ਜਦੋਂ ਅਸੀਂ ਆਪਣੇ ਆਪ ਲਈ ਮੈਂ ਸ਼ਬਦ ਵਰਤ ਲਿਆ ਤਾਂ ਕਿਸਮਤ 'ਚ ਵਿਸ਼ਵਾਸ ਕਰਨ ਦੇ ਸਾਰੇ ਦਾਅਵੇ ਆਪਣੇ ਆਪ ਹੀ ਝੂਠੇ ਜਾਂਦੇ ਹਨ ਧੰਨਵਾਦ